ਅਸਾਂ ਪਾਕਿਸਤਾਨ ਦੇ ਹਰ ਇਦਾਰੇ ਦੇ ਨਾਲ ਤੇ ਅੱਲਾਹ ਤਾਲਾ ਨੇ ਅੱਜ ਹੁਣੇ ਕੁਵਤੇ ਨੂੰ ਖਤਮ ਕਰ ਦਿੱਤੇ ਆ। ਜਿਹੜਾ ਕੁਵਤ ਰਾਤ ਦੇ ਅੰਧਾਰੇ ਦੇ ਵਿੱਚ ਉਲਮਾ ਕਰਾਮ ਨੂੰ ਸ਼ਹੀਦ ਚੱਕ ਰਹੇ ਨੇ, ਜਿਹੜਾ ਕੁਵਤ ਪਾਕਿਸਤਾਨ ਦੀ ਆਰਮੀ ਦੇ ਖਿਲਾਫ ਬਕਵਾਸਾ ਕਰ ਰਹੇ ਹਨ ਤੇ ਗਲੀਜ਼ ਅਲਫਾਜ਼ ਇਸਤੇਮਾਲ ਕਰ ਰਹੇ ਹਨ, ਜਿਹੜਾ ਕੁਵਤ ਮੋਦੀ ਕੋ ਲਾਹੌਰ ਦੇ ਵਿੱਚ ਸੱਦ ਕੇ ਆਪਣੇ ਸ਼ਾਦੀ ਦੇ ਵਿੱਚ ਹੁਕਮ ਮਹਿਮਾਨੇ ਕਰਨੇ ਬੜੇ ਨੇ ਹਨ। ਅੱਲਾਹ ਤਾਲਾ ਦਾ ਅੱਜ ਸਾਡੇ ਤੇ ਵਾਹਿਦ ਕਰਮ ਹੈ, ਅੱਲਾਹ ਤਾਲਾ ਦਾ ਸ਼ੁਕਰ ਹੈ ਜੋ ਅੱਲਾਹ ਤਾਲਾ ਨੇ ਸਾਕੂ 14 ਅਗਸਤ ਵਾਲੇ ਜਾੜੇ ਉਹੀ ਕੁਵਤ ਦੇ ਕਰੂੰ ਆਜ਼ਾਦੀ ਦਿਵਾਲੇ ਹੋਈ ਹੈ ਜਿਹੜੇ ਹਿੰਦੁਸਤਾਨ ਦੇ ਯਾਰ ਬਣੇ ਸਾਕੂ ਅੱਜ ਦੇ ਜਵਾਹਰ ਨੂੰ ਸਾਕੂ ਖੁਸ਼ੀ ਦੇ ਵਿੱਚ ਮਨਾਉਣਾ ਵੀ ਹੈ ਤੇ ਸਾਕੂ ਪਾਕਿਸਤਾਨ ਦੀ ਤਾਮੀਰ ਔਰ ਤਰੱਕੀ ਵਾਸਤੇ ਨਵਾਫੇ ਵੀ ਅਦਾ ਕਰੇ। ਅੱਲਾਹ ਤਾਲਾ ਪਾਕਿਸਤਾਨ ਨੂੰ ਸਲਾਮਤ ਰੱਖੇ ਤੇ ਪਾਕਿਸਤਾਨ ਦੀ ਸਲਾਮਤੀ ਅਸਾਂ ਯਕੀਨ ਦੀ ਸਲਾਮਤੀ ਹੈ। ਅਸਾਂ ਆਪਣੇ ਮਾਦਰੇ ਵਤਨ ਪਾਕਿਸਤਾਨ ਦੇ ਨਾਲ ਹੋਂ, ਅਸਾਂ ਆਪਣੇ ਇਦਾਰੇ ਦੇ ਨਾਲ ਹੋਂ, ਅਸਾਂ ਆਪਣੇ ਫੋਰਸਿਸ ਦੇ ਨਾਲ ਹੋਂ, ਅਸਾਂ ਆਪਣੇ ਉਲਮਾ ਇਕਰਾਮ ਦੇ ਨਾਲ ਹੋਂ ਤੇ ਇਨਸ਼ਾਅੱਲਾ ਤਾਲਾ ਸਾਡੇ ਖਿਦਮਤ ਆਪਣੇ ਪਾਕਿਸਤਾਨ ਦੇ ਉੱਤੇ ਵਿਛਾਵਰ ਹੈ। ਅਸਾਂ ਇਨਸ਼ਾਅੱਲਾ ਤਾਲਾ ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਹੈ, ਇਨਸ਼ਾਅੱਲਾ ਅਸਾਂ ਭਰਪੂਰ ਕੋਸ਼ਿਸ਼ ਕਰੇ ਸੂ ਜੋ ਅਸਾਂ ਪਾਕਿਸਤਾਨ ਦੀ ਖਿਦਮਤ ਕਰ ਸਕੂੰ ਤੇ ਅਸਾਂ ਇਨਸ਼ਾਅੱਲਾ ਤਾਲਾ ਪਾਕਿਸਤਾਨ ਦੀ ਖਿਦਮਤ ਦੇ ਵਿੱਚ ਕੋਈ ਕਮੀ ਨਾ ਵੰਡੇ ਸੂ। ਇਨਸ਼ਾਅੱਲਾ ਸਾਡੇ ਜਿਹੜੇ ਮਦਾਰਸ ਹਨ, ਸਾਡੇ ਮਦਾਰਸ ਦੇ ਜਿਹੜੇ ਤੁਲਮਾ ਹਨ ਉਹ ਆਪਣਾ ਪਾਕਿਸਤਾਨ ਵਾਸਤੇ ਦੀਨ ਵਾਸਤੇ ਜਿਵੇਂ ਪਹਿਲੇ ਲਗਨ ਕਰੇ ਲਗਨ ਤੇ ਕੋਸ਼ਿਸ਼ ਕਰੇਗੀਆਂ, ਹੁਣ ਵੀ ਇਨਸ਼ਾਅੱਲਾ ਤਾਲਾ ਉਹੀ ਕੋਸ਼ਿਸ਼ ਤੇ ਲਗਨ ਉਹਨੇ ਦੀ ਜਾਰੀ ਰੱਖਦੇ। ਮੈਂ ਜਿਹਨੇ ਅਲਫਾਜ਼ ਨਾਲ ਇਜਾਜ਼ਤ ਕੀਤਾ ਤੇ ਆਪਣਾ ਮੁਫਤੀ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰੇਗਾ ਕਿ ਉਹਨੇ ਸਾਨੂੰ ਇਜਾਜ਼ਤ ਦਿੱਤੀ ਹੈ, ਸਾਨੂੰ ਇਜਾਜ਼ਤ ਦਿੱਤੀ ਨੇ ਤੇ ਇਨਸ਼ਾਅੱਲਾ ਤਾਲਾ ਜਿਵੇਂ ਮੁਫਤੀ ਸਾਹਿਬ ਦਾ ਮੁਹੱਬਤ ਸਾਡੇ ਨਾਲ ਸ਼ੁਰੂ ਬਣ ਰਹੇ ਗਏ, ਇਨਸ਼ਾਅੱਲਾ ਤਾਲਾ ਸਾਡਾ ਵੀ ਮੁਹੱਬਤ ਉਹੇ ਮੁਫਤੀ ਸਾਹਿਬ ਦੇ ਨਾਲ ਰਾਸ ਹੈ। ਮੈਂ ਤਮਾਮ ਸੁਲਬਾਈ ਕਰਾਮ ਦਾ ਸ਼ੁਕਰ ਗੁਜ਼ਾਰ ਹਾਂ, ਮੁਫਤੀ ਸਾਹਿਬਾਨ ਦਾ, ਤਮਾਮ ਜਿਹੜੇ ਮਿਹਰਬਾਨ ਹਜ਼ਰਾਤ ਹੈ ਤਮਾਮ ਦਾ ਸ਼ੁਕਰ ਗੁਜ਼ਾਰ ਹਾਂ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ ਤੇ ਤਮਾਮ ਦੋਸਤ, ਤਮਾਮ ਸੁਲਬਾਈ ਕਰਾਮ ਮੇਰੇ ਨਾਲ ਇਸ਼ਾਰਾ ਬੁਲੰਦ ਕਰੇ ਸਨ, ਪਾਕਿਸਤਾਨ ਪਾਕਿਸਤਾਨ ਪਾਕਿਸਤਾਨ। ਅੱਲਾਹ ਰੱਬੁਲ ਇੱਜ਼ਤ ਇਹਨੂੰ ਦੁਆ ਹੈ ਅੱਲਾਹ ਪਾਕ ਸਰਦਾਰ ਸਾਹਿਬ ਨੂੰ ਮਜ਼ੀਦ ਇੱਜ਼ਤ ਅਤਾ ਫਰਮਾਵੇ। ਹੁਣ ਇਖਤਤਾਮ ਵਿੱਚ ਤੁਸੀਂ ਗੁਜ਼ਾਰਿਸ਼ ਹੈ ਸੂਰਤ ਫਾਤਿਹਾ ਪੜ੍ਹ ਕੇ ਗੁਜ਼ਰ ਗਏ, ਜਿਹਨੇ ਮੈਂ ਦੁਆਈਆ ਕਲਿਮਾਤ ਔਰ ਦੁਆ ਵਾਸਤੇ ਦਾਵਤ ਦੇ ਸਾਂ, ਸਾਡੀ ਹਰ ਮੁਮਕਿਨ ਹਰ ਰੋਡ ਔਰ ਹਰ ਮੌਕੇ ਦੇ ਸਰਪ੍ਰਸਤ ਜਨਾਬ ਹਜ਼ਰਤ ਖਾਲਿਦ ਦੁਆਈਆ ਕਲਿਮਾਤ ਇਰਸ਼ਾਦ ਫਰਮਾਉਣ।